ਗੁਰੂ ਪਿਆਰੀ ਸਾਧ ਸੰਗਤ ਜੀਓ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭਾਵੇਂ ਮੋਰਚਾ ਚੱਲ ਰਿਹਾ ਹੈ ਪਰ ਉਹਨਾਂ ਬੰਦੀ ਸਿੰਘਾਂ ਦੀ ਕਿਤੇ ਹਾਲਤ ਅਜਿਹੀ ਨਾ ਹੋ ਜਾਏ ਬਾਅਦ ਵਿੱਚ ਅਸੀਂ ਉਹਨਾਂ ਨੂੰ ਰਿਹਾ ਕਰਾ ਕੇ ਕਿਤੇ ਬਾਅਦ ਦੇ ਵਿੱਚ ਇਹ ਸਾਰੇ ਕੰਮ ਨਾ ਹੋਣ ਲੱਗ ਜਾਣ ਇੱਕ ਅਜਿਹਾ ਬੰਦਾ ਹੈ ਜਿਹੜਾ ਪੈਰੋਲ ਤੇ ਆ ਕੇ ਬਾਹਰ ਆਪਣੀ ਮਾਂ ਦੀ ਦਵਾਈ ਦੇ ਲਈ ਉਹ ਬੰਦਾ ਆਟੋ ਰਿਕਸ਼ਾ ਚਲਾਉਂਦਾ ਹੈ ਜੀ ਤਰਾਸ ਦੀ ਕੌਮ ਦੀ ਸਾਡੀ ਦੀ ਇੱਕ ਵੱਡੀ ਧਿਆਨਬਾਜ਼ੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਪੋਸਟਾਂ ਵੇਖਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਦੇ ਹੋ ਕੋਈ ਗੁਰਸਿੱਖ ਪਰਿਵਾਰ ਕੋਈ ਇਲਾਜ ਲਈ ਗੋਹਾਰ ਲਗਾਉਂਦਾ ਹੈ ਕੋਈ ਚਾਹੇ ਆਮ ਹੈ ਚਾਹੇ ਗੁਰਸਿੱਖ ਹੈ ਚਾਹੇ ਕੋਈ ਬੱਚਿਆਂ ਦੀ ਪੜ੍ਹਾਈ ਲਈ ਚਾਹੇ ਕੋਈ ਆਪਣਾ ਘਰ ਬਣਾਉਣ ਲਈ ਚਾਹੇ ਕੋਈ ਕਿਵੇਂ ਚਾਹੇ ਘਰ ਦੇ ਰਾਸ਼ਨ ਲਈ ਕੋਈ ਕਿਵੇਂ ਕੋਈ ਕਿਵੇਂ ਲੱਗ-ਲੱਗ ਪਤਾ ਨਹੀਂ ਕੀ ਕੀ ਤਰ੍ਹਾਂ ਦੀਆਂ ਸਥਿਤੀਆਂ ਨੇ ਹਰ ਕੋਈ ਬੰਦਾ ਆਪੋ ਆਪਣੇ ਨੂੰ ਰੋਂਦਾ ਆ ਹਰ ਕੋਈ ਬੰਦਾ ਆਪੋ ਆਪਣੀ ਗੱਲਬਾਤ ਨੂੰ ਅੱਗੇ ਰੱਖਦਾ ਆ ਸਾਡੀ ਕੌਮ ਸਿੱਖ ਕੌਮ ਦੇ ਵਿੱਚ ਇੱਕ ਘਾਟ ਜਿਹੜੀ ਹੈ ਬਹੁਤ ਵੱਡੀ ਹੈ ਜਿਹਦੇ ਮਗਰ ਹੋ ਜੀਏ ਉਹਦੇ ਮਗਰ ਅਸੀਂ ਉਹੀ ਹੋ ਜਾਂਦੇ ਆਂ ਅੱਖਾਂ ਮੀਚ ਕੇ ਜਿੱਥੇ ਲੋੜ ਹੁੰਦੀ ਹੈ ਉੱਥੇ ਨਹੀਂ ਅਸੀਂ ਕਰਦੇ ਜੇ ਅੱਜ ਬਾਹਰ ਲੀਆਂ ਸਟੇਟਾਂ ਜੇ ਮੈਂ ਗੱਲ ਕਰਾਂ ਵੀ ਜਿਵੇਂ ਯੂਪੀ, ਐਮਪੀ, ਬਿਹਾਰ ਕਿਤੇ ਵੀ ਕੋਈ ਵੀ ਹੜ ਆਉਂਦਾ ਚਲੋ ਪ੍ਰਕਿਰਤੀ ਹੈ ਕੁਦਰਤ ਹੈ ਕੋਈ ਵੀ ਨੁਕਸਾਨ ਹੁੰਦਾ ਸਾਨੂੰ ਇੱਕ ਦੂਜੇ ਨਾਲ ਖੜਨਾ ਚਾਹੀਦਾ ਉੱਥੇ ਜਾ ਕੇ ਲੰਗਰ ਚਲਾ ਦਿੰਦੇ ਨੇ ਬਹੁਤ ਸਾਰੀਆਂ ਵਸਤੂਆਂ ਵੀ ਦੇ ਦਿੰਦੇ ਨੇ ਪਰ ਜੇ ਆਪਣਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਪਣਾ ਭਾਈਚਾਰਾ ਸਿੱਖ ਕੌਮ ਦੇ ਵਿੱਚ ਅਜਿਹੇ ਪਰਿਵਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਮੇਰੀ ਇਸ ਗੱਲ ਨੂੰ ਭਾਵੇਂ ਕੋਈ ਜਿਸ ਤਰ੍ਹਾਂ ਮਰਜੀ ਸਮਝੀ ਜਾਵੇ ਪਰ ਮੈਂ ਬੇਨਤੀ ਜ਼ਰੂਰ ਕਰਨੀ ਹੈ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਨੂੰ ਲੈ ਕੇ ਕਈ ਲੋਕਾਂ ਨੇ ਮੈਨੂੰ ਸਵਾਲ ਕੀਤੇ ਮੈਂ ਉਹਨਾਂ ਦੇ ਨਾਂ ਵੀ ਇੱਥੇ ਲੈ ਸਕਦਾ ਜਿਹੜੇ ਬੇਬੁਨਿਆਦ ਸੀ ਜਿਹੜੇ ਕਹਿੰਦੇ ਤੁਸੀਂ ਐਂ ਕਰਦੇ ਹੋ ਜੀ ਤੁਸੀਂ ਐਂ ਬੋਲਦੇ ਹੋ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਸੱਚਾਈ ਹੈ ਸੱਚਾਈ ਕਿਸੇ ਕਿਸੇ ਨੂੰ ਰਾਸ ਆਉਂਦੀ ਹੈ ਜੇ ਇਸ ਗੱਲ ਦੇ ਵਿੱਚ ਝੂਠ ਹੈ ਤਾਂ ਦੱਸੋ ਜੀ ਕਿੰਨੇ ਸ਼੍ਰੋਮਣੀ ਕਮੇਟੀ ਸਾਡੀ ਬਹੁਤ ਕੁਝ ਕਰ ਰਹੀ ਹੈ ਪਰ ਗਰੀਬਾਂ ਲਈ ਕਦੇ ਇੱਕ ਵੀ ਚੀਜ਼ ਨਹੀਂ ਕੀਤੀ ਕੋਈ ਇਹੋ ਜਿਹਾ ਸ਼੍ਰੋਮਣੀ ਕਮੇਟੀ ਦਾ ਸਕੂਲ ਹੈਗਾ ਜਿੱਥੇ ਗਰੀਬਾਂ ਦੇ ਬੱਚੇ ਫ੍ਰੀ ਪੜ੍ਹ ਰਹੇ ਹੋਣ ਕਿਸੇ ਗਰੀਬ ਦਾ ਕੋਈ ਇਲਾਜ ਫ੍ਰੀ ਹੋ ਰਿਹਾ ਹੋਵੇ ਕੋਈ ਹੈਗਾ ਅਜਿਹਾ ਕਿਤੇ ਨਹੀਂ ਹੈਗਾ ਜੇ ਕੋਈ ਹੋਊਗਾ ਬਣਾਇਆ ਹੋਇਆ ਜੇ ਹਜੇ ਤੱਕ ਚਰਚਾ 'ਚ ਨਹੀਂ ਆਇਆ ਉਹ ਗੱਲ ਵੱਖਰੀ ਏ ਸਾਡੀ ਕੌਮ ਇਸ ਪੱਖੋਂ ਮਾਰ ਖਾਂਦੀ ਏ ਆਪਣਿਆਂ ਦੀ ਮਦਦ ਨਹੀਂ ਕਰਦੇ ਇਹ ਲੋਕ ਦੂਜਿਆਂ ਦੀ ਮਦਦ ਕਰਦੇ ਨੇ ਜਾ ਕੇ ਮੈਂ ਬੇਨਤੀ ਕਰਾਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਤੇ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਬਿਲਕੁਲ ਜਾਰੀ ਹੈ ਤੇ ਅੱਜ ਜ਼ੋਰ ਲਾ ਲਾਂਗੇ ਪੂਰਾ ਬੰਦੀ ਸਿੰਘ ਰਹਾਵ ਹੀ ਹੋ ਜਾਣਗੇ ਵੇਖਿਓ ਕਿਤੇ ਬੰਦੀ ਸਿੰਘ ਰਹਾ ਕਰਵਾ ਕੇ ਅਸੀਂ ਮੁੜ ਕੇ ਉਹਨਾਂ ਦੀ ਸਾਰ ਹੀ ਨਾ ਲਈਏ ਇਹ ਨਾ ਹੋ ਜਵੇ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਉਹਦੇ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ ਭਾਈ ਸਤਵੰਤ ਸਿੰਘ ਉਹਦੇ ਪਰਿਵਾਰ ਦੀ ਸਾਰ ਨਹੀਂ ਲਈ ਜਾ ਕੇ ਕਿਸੇ ਨੇ ਤੇ ਸਾਡੀ ਕੌਮ ਦੇ ਵਿੱਚੋਂ ਖਾਂ ਬੰਦੇ ਜਾਂਦੇ ਨੇ ਹਾਲ ਪੁੱਛ ਕੇ ਮੁੜ ਆਉਂਦੇ ਨੇ ਕਦੇ ਇਹ ਤਾਂ ਨਹੀਂ ਪੁੱਛਿਆ ਵੀ ਕੋਈ ਜ਼ਰੂਰਤ ਐ ਜਾਂ ਕੁਝ ਕਰਦੀਏ ਇੱਕ ਬੰਦਾ RAMU ਵਾਲੀਏ ਕੋਲ ਜਾਂਦਾ ਆ ਉਹ ਕਹਿੰਦਾ ਮੇਰੇ ਬੱਚੇ ਦੀ ਫੀਸ ਭਰਨ ਆਲੀ ਆ ਮੈਂ ਬਹੁਤ ਗਰੀਬ ਆ ਹੁਣ ਦੇਖੋ ਬੱਚੇ ਨੂੰ ਪੜ੍ਹਾਈ ਕਰਾ ਰਿਆ ਬੰਦਾ ਦਿਹਾੜੀ ਕਰਨ ਦੇ ਬਾਵਜੂਦ 50000 ਰੁਪਿਆ ਫੀਸ ਐ ਜੀ ਕਾਲਜ ਦੀ ਤੇ ਰਾਮੂ ਵਾਲੀਆ ਪੋਸਟ ਪਾਉਂਦਾ ਕੋਈ ਮਦਦ ਕਰ ਦੋ ਜੀ ਇਹਨਾਂ ਦੀ ਕੀ ਗੱਲ ਉਹਦੇ ਕੋਲ ਆਪਣੇ ਕੋਲ ਪੈਸੇ ਨਹੀਂ ਹੈਗੇ ਠੀਕ ਹੈ ਪੋਸਟ ਪਾਤੀ ਪਰ ਲੋਕਾਂ ਨੇ ਮਦਦ ਕਰਤੀ ਕੋਈ ਗੱਲ ਨਹੀਂ ਪਰ ਦੇਖੋ ਸਾਡੇ ਵਾਲੇ ਪਤਾ ਕੀ ਹੈ ਇੱਕ ਦੂਜੇ ਉੱਤੇ ਸੜ ਦਿੰਦੇ ਨੇ ਵੀ ਫਲਾਣਾ ਕਰੇ ਜੀ ਅਸੀਂ ਕਿਉਂ ਕਰੀਏ ਸੱਚੇ ਪਾਰਸਾ ਨੇ ਕਿਹਾ ਸੀ ਦਸਵੰਦ ਕੱਢਿਓ ਕਿਉਂ ਕਿਹਾ ਸੀ ਦਸਵੰਦ ਕੱਢਿਓ ਇਸ ਕਰਕੇ ਕਿਹਾ ਸੀ ਤੁਸੀਂ ਇੱਕ ਦੂਜੇ ਦੀ ਮਦਦ ਕਰ ਸਕੋ ਸਹਾਇਤਾ ਕਰ ਸਕੋ ਅੱਜ ਸਾਡੀ ਕੌਮ ਦਸਵੰਦ ਵਾਲੇ ਪਾਸਿਓ ਅਵੇਸਲੀ ਹੋ ਗਈ ਜੇ ਕੱਢਦੇ ਨੇ ਤਾਂ ਉਹਨਾਂ ਦੇ ਬਿਲਕੁਲ ਢਿੱਡ 'ਚ ਪਾਉਂਦੇ ਨੇ ਜਿਹੜੇ ਪਹਿਲੇ ਹੀ ਭਰੇ ਹੋਏ ਨੇ ਲੰਗਰ ਲਾਏ ਜਾਂਦੇ ਨੇ ਤੇ ਉਹਨਾਂ ਨੂੰ ਖਵਾਇਆ ਜਾਂਦਾ ਜਿਹੜੇ ਭੁੱਖੇ ਨੇ ਅਸਲ ਹੱਕਦਾਰ ਨੇ ਉਹਨਾਂ ਨੂੰ ੱੱਕੇ ਮਾਰੇ ਜਾਂਦੇ ਨੇ ਸੋ ਗੁਰਮੁਖ ਪਿਆਰਿਓ ਅੱਜ ਬੰਦੀ ਸਿੰਘਾਂ ਲਈ ਜ਼ੋਰ ਲਾ ਰਹੇ ਆ ਤੇ ਵੇਖਿਓ ਕਿਤੇ ਉਹਨਾਂ ਦਾ ਹਾਲ ਇਹ ਨਾ ਹੋ ਜੇ ਕਿ ਬਾਅਦ ਵਿੱਚ ਅਸੀਂ ਉਹਨਾਂ ਦੀ ਸਾਰੀ ਨਾ ਲਈਏ ਤੇ ਬਾਅਦ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਪੁੱਛੀਏ ਹੀ ਨਾ ਇੱਕ ਬੰਦੀ ਸਿੰਘ ਗੁਰਮੀਤ ਸਿੰਘ ਅਜੇਹਾ ਆ ਪੈਰੋਲ ਤੇ 2 ਮਹੀਨੇ ਲਈ ਬਾਹਰ ਆਇਆ ਪਰ ਆਪਣੀ ਮਾਂ ਦੀ ਦਵਾਈ ਲੈਣ ਦੇ ਲਈ ਉਸ ਬੰਦੇ ਨੇ ਆਟੋ ਚਲਾਇਆ ਰਿਕਸ਼ਾ ਚਲਾਇਆ ਸਿਰਫ ਦਵਾਈ ਵਾਸਤੇ ਸਾਡੀ ਕੌਮ ਨੇ ਸਾਰ ਨਹੀਂ ਲਈ ਇਨਾ ਬੰਦੀ ਸਿੰਘਾਂ ਦੇ ਨਾਂ ਤੇ ਫੰਡ ਇਕੱਠਾ ਹੋਇਆ ਪੈਸਾ ਇਕੱਠਾ ਹੋਇਆ ਕਿੱਧਰ ਚਲਿਆ ਗਿਆ ਜੀ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਮੈਂ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਬੇਨਤੀ ਨਹੀਂ ਕਰ ਰਿਹਾ ਮੇਰਾ ਮਤਲਬ ਇਹ ਹੈ ਕਿ ਸਾਡੀ ਸਮੁੱਚੀ ਕੌਮ ਜਿਹੜੀ ਪੰਥ ਹੈ ਨਾ ਬੰਦੀ ਸਿੰਘਾਂ ਨੂੰ ਰਿਹਾਂ ਤੇ ਕਰਵਾ ਲੂਗੀ ਪਰ ਬਾਅਦ ਵਿੱਚ ਉਹਨਾਂ ਦੀ ਸਾਰ ਵੀ ਲੈ ਲਿਓ ਇਹ ਨਾ ਹੋਵੇ ਕਿ ਤੁਸੀਂ ਰਿਹਾਂ ਕਰਾਉਣ ਤੱਕ ਜ਼ਿੰਮੇਵਾਰੀ ਰੱਖੋ ਤੇ ਉਦੋਂ ਬਾਅਦ ਤੁਸੀਂ ਚੁੱਪ ਕਰਕੇ ਬੈਠ ਜਾਓ ਇਹ ਕੰਮ ਨਾ ਹੋਵੇ ਵੇਖਿਓ ਕਿਤੇ ਸਾਰੀ ਜਿਹੜੀ ਆ ਚੀਜ਼ ਕਰ ਕੱਤਰ ਕੇ ਅਸੀਂ ਉਹਨੂੰ ਖੂਜ ਪਾ ਲਈਏ ਇਹ ਕੰਮ ਨਾ ਹੋ ਜਾਏ ਕਿਤੇ ਇਹਦਾ ਖਾਸ ਧਿਆਨ ਰੱਖਣਾ ਪੈਣਾ ਸਾਨੂੰ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਣਾ ਇਹ ਚੀਜ਼ਾਂ ਹਮੇਸ਼ਾ ਯਾਦ ਰੱਖਣੀਆਂ ਪੈਣੀਆਂ ਨੇ ਕੌਮ ਲਈ ਜੋ ਕੁਰਬਾਨੀਆਂ ਕੀਤੀਆਂ ਗੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਪੈਣਾ ਇਹ ਨਾ ਹੋਵੇ ਅਸੀਂ ਭੁੱਲ ਜਾਈਏ ਅੱਜ ਅੱਜ ਤੇ ਯਾਦ ਹੈ ਤੇ ਕੱਲੋਂ ਭੁੱਲ ਜਾਈਏ ਇਹ ਨਾ ਹੋਵੇ ਸੋ ਗੁਰਮਖ ਪਿਆਰਿਓ ਮੈਂ ਇਹ ਬੇਨਤੀ ਤਾਂ ਕਰ ਰਿਹਾ ਆ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੋਵੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਵੇ ਪਿਆਰਿਓ ਆਏ ਨਾ ਹੋਵੇ ਕਿ ਅਸੀਂ ਬਸ ਅਵੇਸਲੇ ਹੋ ਜਾਈਏ ਇੱਕ ਦੂਜੇ ਦੀ ਮਦਦ ਕਰਿਆ ਕਰੋ ਆਪਣੇ ਭਾਈਚਾਰੇ ਦੀ ਮਦਦ ਕਰਿਆ ਕਰੋ ਤੇ ਯਾਦ ਰੱਖਿਓ ਤੇ ਸਿੱਖ ਕੌਮ ਜਿਹੜੀ ਐ ਆਪਣਿਆਂ ਦੀ ਮਦਦ ਕਰਨਾ ਸਭ ਤੋਂ ਪਹਿਲਾਂ ਲਾਜ਼ਮੀ ਕਰੇ ਤੇ ਦੂਜਿਆਂ ਨੂੰ ਫਿਰ ਬਾਅਦ ਵਿੱਚ ਅੱਜ ਅਸੀਂ ਦੂਜਿਆਂ ਲਈ ਤੇ ਲੰਗਰ ਲਾ ਰਹੇ ਹਾਂ ਖਾਲਸਾ ਇਹ ਦੂਜਿਆਂ ਨੂੰ ਪੂਜਦੀ ਐ ਤੇ ਮੈਂ ਬੇਨਤੀ ਕਰਾਂ ਠੀਕ ਐ ਜਿੱਥੇ ਜ਼ਰੂਰਤ ਐ ਕਰੋ ਤੇ ਤੁਸੀਂ ਜਾ ਕੇ ਥਾਂ ਥਾਂ ਤੇ ਲੰਗਰ ਚਲਾ ਦਿੰਨੇ ਹੋ ਉਹੀ ਲੋਕ ਬਾਅਦ ਵਿੱਚ ਸਾਡੇ ਸਿਰ ਦੇ ਵਿੱਚ ਗਲੀਆਂ ਕਰਦੇ ਨੇ ਤੇ ਯਾਦ ਰੱਖਿਓ ਉਹ ਜਿਹੜੇ ਡਰਾਈਵਰ ਵੀਰ ਨੇ ਨਾ ਅਸਲ ਹਾਲਾਤ ਉਹਨਾਂ ਤੋਂ ਪੁੱਛਿਓ ਕਿ ਉਹਨਾਂ ਨਾਲ ਕਈ ਕੀ ਕੀ ਵਾਪਰਦੀਆਂ ਨੇ ਉੱਥੇ ਕੀ ਕੀ ਹੁੰਦਾ ਜੀ ਉਹਨਾਂ ਨਾਲ ਮੈਂ ਬਹੁਤ ਸਾਰੀਆਂ ਬੇਨਤੀਆਂ ਕਰ ਸਕਦਾ ਪਰ ਮੈਂ ਇੱਥੇ ਨਹੀਂ ਕਰਦਾ ਗੁਰਮਖ ਪਿਆਰਿਓ ਬੰਦੀ ਸਿੰਘਾਂ ਨੂੰ ਰਿਹਾ ਕਰਾ ਲਿਓ ਪਰ ਉਹਨਾਂ ਦੀ ਸਾਰ ਲੈ ਲਿਓ ਵੇਖਿਓ ਕਿਤੇ ਇਹ ਨਾ ਹੋਵੇ ਕਿ ਵਿਚਾਰੇ ਬਾਹਰ ਆ ਕੇ ਦਿਹਾੜੀਆਂ ਕਰਦੇ ਫਿਰ ਇਹ ਨਾ ਹੋਵੇ ਬਾਹਰ ਆ ਕੇ ਵਿਚਾਰੇ ਰੋਟੀ ਤੋਂ ਵੀ ਮਥਾਜ ਹੋ ਜਾਣ ਨਾ ਇਹ ਨੰ ਕੰਮ ਨਹੀਂ ਕਰਨਾ ਤੇ ਮੇਰੀ ਬੇਨਤੀ ਹੈ ਆਪੋ ਆਪਣੀਆਂ ਸੰਸਥਾਵਾਂ ਸਿੱਖਿਆਵਾਂ ਜੋ ਵੀ ਨੇ ਆਪਣਿਆਂ ਦੀ ਸਾਰ ਪਹਿਲਾਂ ਕਰੋ ਖਾਲਸਾ ਏਡ ਵਰਗੇ ਪੰਜਾਬ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਵੀਰ ਜਿਨ੍ਹਾਂ ਬੱਚੇ ਪੜ੍ਹਾਈ ਕਰ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਘਰ ਬਣਾਉਣ ਨਾਲ ਅਜਿਹੀਆਂ ਮਦਦਾਂ ਕਰੋ ਤੇ ਜਿਹੜੇ ਦੂਜੇ ਧਰਮ ਵਾਲੇ ਕਰਕੇ ਸਾਡੇ ਤੇ ਉੱਪਰ ਲਾਲਚ ਪਾ ਕੇ ਖਿੱਚ ਕੇ ਲੈ ਜਾਂਦੇ ਨੇ ਉਹਨਾਂ ਨੂੰ ਵੀ ਮਾਤ ਦੇ ਦਈਏ ਅਸੀਂ ਇਹ ਚੀਜ਼ਾਂ ਵੱਲ ਧਿਆਨ ਦਿਓ ਬਹੁਤ ਜ਼ਰੂਰਤ ਹੈ ਸੋ ਪਿਆਰਿਓ ਇਹ ਬੇਨਤੀਆਂ ਕਰਨੀਆਂ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਸਾਂਝੀਆਂ ਕੀਤੀਆਂ ਨੇ ਇਸ ਕੌਮ ਇਸ ਪੱਖ ਤੇ ਸਾਡੀ ਕੌਮ ਧਿਆਨ ਜ਼ਰੂਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ